ਇਲਾਹੀ ਅਮੀਨ ਜੀ। 28 ਰਜਬ ਦੇ ਹਵਾਲੇ ਨਾਲ ਕਸੀਦਾ ਕਿ 28 ਰਜਬ ਵਾਹਿਦ ਐਸਾ ਮੌਜੂ ਹੈ ਜਿਹੜਾ ਜ਼ਿਆਦਾਤਰ ਮੁਸਾਇਬ ਦੇ ਵਿੱਚ ਬਿਆਨ ਕੀਤਾ ਜਾਂਦਾ। ਅਤੇ ਮੈਂ 28 ਰਜਬ ਦੇ ਹਵਾਲੇ ਨਾਲ ਮੇਰੇ ਮੌਲਾ ਹੁਸੈਨ ਅਲੈਹਿ ਸਲਾਮ ਨੇ ਮਦੀਨੇ ਤੋਂ ਕਰਬਲਾ ਦੀ ਤਰਫ ਸਫ਼ਰ ਤੈਅ ਕਰਨਾ ਸ਼ੁਰੂ ਕੀਤਾ। ਅਤੇ ਮੈਂ ਸਿਰਫ ਉਹਦੇ 'ਤੇ ਹੀ ਇਹ ਕਸੀਦਾ ਤੁਹਾਨੂੰ ਸੁਣਾਉਣਾ ਚਾਹੁੰਦਾ। ਅਗਰ ਇਜਾਜ਼ਤ ਹੈ ਸਰ, ਸਲਵਾਤ ਪੜ੍ਹੋ ਮੁਹੰਮਦ ਵਾਲ ਮੁਹੰਮਦ। ਦਾਂਤੋਂ ਮੇ ਉਂਗਲੀਆਂ ਹੈਰਾਨ ਹੈ ਜ਼ਮਾਨੇ, ਦਾਂਤੋਂ ਮੇ ਉਂਗਲੀਆਂ ਹੈਰਾਨ ਹੈ ਜ਼ਮਾਨੇ, ਦਾਂਤੋਂ ਤਾਂ ਸਭ ਸਿਰ ਤੁਹਾਡੇ ਕੋਲ ਦੁਆ ਲੈਣੇ ਜੀ ਸਬਕ ਸੁਣਾਉਣ ਖਾਤਰ ਜੀ। ਹੈਰਾਨ ਹੈ ਜ਼ਮਾਨੇ, ਦਾਂਤੋਂ ਮੇ ਉਂਗਲੀਆਂ ਹੈਰਾਨ ਹੈ ਜ਼ਮਾਨੇ, ਦਾਂਤੋਂ ਮੇ ਉਂਗਲੀਆਂ ਹੈਰਾਨ ਹੈ ਜ਼ਮਾਨੇ, ਦਾਂਤੋਂ ਬਾਬਾ ਜੀ ਦਾਂਤੋਂ ਮੇ ਉਂਗਲੀਆਂ ਹੈ ਹੈਰਾਨ ਜ਼ਮਾਨਾ ਹੈ, ਕਿਹੜੀ ਵਜ੍ਹਾ ਤੋਂ ਇਹ ਮੰਜ਼ਰ ਕਿਹੜੀ ਵਜ੍ਹਾ ਤੋਂ ਬਣਿਆ? ਸ਼ਾਇਦ ਜਿਹੜੇ ਮਿਸਰ ਸਾਨੀ ਤਹਿਰੀਰ ਕੀਤੀ ਮਿਸਰ ਸਾਨੀ ਦੀ ਤਵਜੋ ਕਰਨੀ ਹੈ। ਦਾਂਤੋਂ ਮੇ ਉਂਗਲੀਆਂ ਹੈਰਾਨ, ਫਿਰ ਦੁਬਾਰਾ ਐ ਜ਼ਮਾਨੇ, ਦਾਂਤੋਂ ਮੇ ਉਂਗਲੀਆਂ ਹੈਰਾਨ ਹੈ ਜ਼ਮਾਨੇ, ਦਾਂਤੋਂ ਮੇ ਹਾਂ ਮਿਸਰ ਬਾਈ ਗੁਲਫਾਮ ਮਿਸਰ ਸਾਨੀ ਤਵਜੋ ਹੈਰਾਨ ਹੈ ਜਾਵਰ ਸਾਹਿਬ ਜ਼ਮਾਨੇ, ਬੰਦਾ ਨਿਕਲ ਪੜਾ ਹੈ ਤੌਹੀਦ ਕੋ ਬਚਾਨੇ। ਮੌਲਾ ਸਲਾਮਤ ਰੱਖਿਆ ਜੀ, ਜ਼ਿੰਦਾ ਸਲਾਮ ਤੋਂ ਤੁਹਾਡੀ ਕਿਆ ਬਾਤ ਹੈ ਜੀ? ਮੇਰੇ ਸਮਾਜ ਨੂੰ ਮੇਰਾ ਸਲਾਮ ਹੈ ਜੀ, ਤੁਹਾਡੀ ਕਿਆ ਬਾਤ ਹੈ ਜੀ? ਮੈਨੂੰ ਬਿਲਕੁਲ ਮੁਕਤਸਰ ਕਰਕੇ ਤਾਰੀਖ ਇਸਲਾਮ ਦੇ ਵਿੱਚ ਇੱਕ ਮੁਬਾਹਲਾ ਵੀ ਗੁਜ਼ਰਿਆ। ਮੁਬਾਹਲੇ ਦੇ ਵਿੱਚ ਮੇਰੇ ਮੌਲਾ ਨਬੀ ਪਾਕ ਨੇ ਈਸਾਈਆਂ ਦੇ ਨਾਲ ਮੁਬਾਹਲਾ ਤੈਅ ਕੀਤਾ ਅਤੇ ਮੇਰੇ ਨਬੀ ਪਾਕ ਦੇ ਨਾਲ ਪਹਿਲੀ ਹਸਤੀ ਜਨਾਬੇ ਮੁਹੰਮਦ ਮੁਸਤਫਾ ਖੁਦ ਮੌਜੂਦ, ਦੂਸਰੀ ਹਸਤੀ ਜਨਾਬੇ ਅਲੀ ਮੁਰਤਜ਼ਾ, ਤੀਸਰੀ ਜਨਾਬੇ ਫਾਤਮਾ ਸਲਾਮੁਲਲਾਹ, ਔਰ ਚੌਥੀ ਇਮਾਮ ਹਸਨ ਔਰ ਪੰਜਵੀਂ ਇਮਾਮ ਹੁਸੈਨ। ਇਹ ਪੰਜ ਹਸਤੀਆਂ ਮੁਬਾਹਲੇ ਵਾਸਤੇ ਈਸਾਈਆਂ ਨਾਲ ਗਈ। ਜਦੋਂ ਮੇਰੇ ਮੌਲਾ ਹੁਸੈਨ ਅਲੈਹਿ ਸਲਾਮ ਨੇ 28 ਰਜਬ ਨੂੰ ਮਦੀਨਾ ਛੋੜਿਆ ਤਾਂ ਮੇਰੇ ਮੌਲਾ ਹੁਸੈਨ ਅਲੈਹਿ ਸਲਾਮ ਦੇ ਨਾਲ ਇਹ ਪੰਜ ਹਸਤੀਆਂ ਗਈਆਂ। ਜ਼ਾਹਿਰੀ ਤੌਰ 'ਤੇ ਚਾਰ ਹਸਤੀਆਂ ਮੌਜੂਦ ਨਹੀਂ, ਸਿਰਫ ਇੱਕ ਹਸਤੀ ਇਮਾਮ ਹੁਸੈਨ ਅਲੈਹਿ ਸਲਾਮ ਮੌਜੂਦ। ਜ਼ਾਕਿਰ ਸਾਹਿਬ ਇਮਾਮ ਹੁਸੈਨ ਅਲੈਹਿ ਸਲਾਮ ਮੌਜੂਦ, ਚਾਰ ਹਸਤੀਆਂ ਪੰਜ ਹਸਤੀਆਂ ਗਈਆਂ ਕਰਬਲਾ 'ਚ, ਅਤੇ ਵੇਖਣਾ ਕਿ ਚਾਰ ਹਸਤੀਆਂ ਦੀ ਕਿਹੜੀ ਕਿਹੜੀ ਛੱਬੀ ਬਣ ਕੇ ਗਈ। ਮਿਸਰੇ 'ਤੇ ਤਵੱਜੋ ਕਰਨੀ ਹੈ। ਕਾਸਿਮ ਹਸਨ ਕੀ ਸੂਰਤ ਅਕਬਰ ਰਸੂਲ ਬੈਕੇ, ਜ਼ਿੰਦਾ ਸਲਾਮਤ ਰਹੋ, ਤੁਹਾਡੀ ਕਿਆ ਬਾਤ ਹੈ ਜੀ? ਹੈਦਰੀ ਯਾਇਲੀ ਯਗਜ਼ਮਾ ਕੁੱਲੇ ਮਾਨ ਆ ਰਹੇ ਹੈਦਰੀ, ਜ਼ਿੰਦਾ ਸਲਾਮਤ ਰਹੋ। ਕਾਸਿਮ ਹਸਨ ਕੀ ਸੂਰਤ ਅਕਬਰ ਰਸੂਲ ਬੈਕੇ, ਕਾਸਿਮ ਹਸਨ ਕੀ ਸੂਰਤ ਅਕਬਰ ਰਸੂਲ ਬੈਕੇ, ਜ਼ੈਨਾ ਹੈ ਸਾਥ ਸ਼ਾਹ ਕੇ ਸ਼ਕਲ ਬਤੂਲ ਬੈਕੇ, ਜ਼ੈਨਾ ਹੈ ਸਾਥ ਸ਼ਾਹ ਕੇ ਸ਼ਕਲ ਬਤੂਲ ਬੈਕੇ, ਬਾਈਬਲ ਫਾਰਮ ਚੌਥੀ ਹਸਤੀ ਕਿਹੜੀ ਕਿਹੜੀ ਛਬੀ ਬਣ ਕੇ ਗਏ? ਸ਼ਕਲ ਬਤੂਲ ਬੈਕੇ ਹੈਦਰ ਵੀ ਜਾ ਰਹੇ ਹੈ ਆਬਾਸ ਕੇ ਬਹਾਨੇ।
ਸਲਵਾਤ ਪੜ੍ਹੋ ਮੁਹੰਮਦ ਵਾਲੇ ਮੁਹੰਮਦ। ਆਖਰੀ ਮਿਸਰਾ ਇਸ ਕਸੀਦੇ ਦਾ, ਪੰਜ ਹਸਤੀਆਂ ਗਈਆਂ, ਛੇਵੀਂ ਹਸਤੀ ਵੀ ਮੇਰੇ ਮੌਲਾ ਹੁਸੈਨ ਅਲੈਹਿਸ ਸਲਾਮ ਦੇ ਨਾਲ, ਲੇਕਿਨ ਗਏ ਤਾਂ ਸਾਰਾ ਘਰਾਨਾ ਲੈ ਕੇ ਗਏ ਸੀ, ਲੇਕਿਨ ਸ਼ਾਇਰ ਨੇ ਜਿਹੜੀ ਮੰਜ਼ਰਕਸ਼ੀ ਕੀਤੀ ਛੇਵੀਂ ਹਸਤੀ ਮੇਰੇ ਮੌਲਾ ਹੁਸੈਨ ਅਲੈਹਿਸ ਸਲਾਮ ਦੇ ਨਾਲ ਕਿਵੇਂ ਗਈ ਅਤੇ ਕਿਸ ਤਰੀਕੇ ਦੇ ਨਾਲ ਗਈ, ਤਵੱਜੋ ਕਰਨੀ ਹੈ। ਐਸੇ ਗਏ ਕੋ ਲੈ ਕੇ ਘਰ ਸੇ ਸ਼ਬੀਰ ਐਸੇ ਨਿਕਲੇ, ਐਸੇ ਗਏ ਕੋ ਲੈ ਕੇ ਘਰ ਸੇ ਸ਼ਬੀਰ ਫਿਰ ਦੁਬਾਰਾ ਨਿਕਲੇ, ਐਸੇ ਗਏ ਕਿਵੇਂ ਬਾਈ ਗੁਲਫਾਮ ਕੇ ਘਰ ਸੇ ਜਾਫਰ ਸਾਹਿਬ ਸ਼ਬੀਰ ਐਸੇ ਨਿਕਲੇ ਜ਼ਿੰਦਾ ਸਲਾਮ ਤੁਹਾਨੂੰ ਤੁਹਾਡੀ ਕਿਆ ਬਾਤ ਹੈ ਜੀ ਵਾਹ ਬਿਲਕੁਲ ਮਿਸਟਰ ਐਸੇ ਗਏ ਕੋ ਲੈ ਕੇ ਘਰ ਸੇ ਸ਼ਬੀਰ ਐਸੇ ਨਿਕਲੇ ਐਸੇ ਗਏ ਬੈਗਲ ਫਾਰਮ ਨਤੀਜੇ ਦੇ ਤਵੱਜੋ ਕਰਨੀ ਇਸ ਫੌਜੀ ਦਾ ਕਿਰਦਾਰ ਕਿਆ ਬਣਿਆ ਇਸ ਫੌਜੀ ਦੇ ਜਾਨ ਨਾਲ ਹੋਇਆ ਕਿਆ ਮਿਸਟਰ ਨਿਕਲੇ ਜੈਸੇ ਨਬੀ ਅਲੀ ਕੋ ਕਾਬਾ ਸੇ ਜੈਸੇ ਨਿਕਲੇ ਮਾਸੂਮ ਜਾ ਰਹਾ ਹੈ ਰੱਬ ਫਰਸ਼ ਪੇ ਬੁਲਾਨੇ ਮੈਂ ਪਿਆਂ ਦਾ ਦੁੱਖ ਉਠਿਆ ਪੁੱਤਰ ਹੁਸੈਨ ਚਾਏ ਮੈਂ ਹਿੱਕ ਬੰਦ ਪੜ੍ਹ ਕੇ ਮੈਂ ਆਪਣੇ ਇੱਜ਼ਤਾਂ ਦੇ ਭਾਈ ਨੂੰ ਮੈਂਬਰ ਦੇਵਾਂ ਮੈਂ ਕਿਹਾ ਕਿ ਦੋ ਕੁੱਠ ਹੋਏ ਪੁੱਤਰ ਹੁਸੈਨ ਚਾਏ ਮੈਂ ਪਿਆਂ ਦਾ ਦੋ ਕੁੱਠ ਪੁੱਤਰ ਹੁਸੈਨ ਚਾਏ ਤੇ ਵਿੱਚ ਕਰਮ ਦੇ ਮੈਦਾਨੇ ਇੱਕ ਰਾਤ ਦਾ ਪਰਣਾ ਹਾਇਓ ਸਹਿਰਿਆਂ ਵਾਲਾ ਵੋ ਦੂਜਾ ਯੂਸਫ ਦਾ ਸੁਲਤਾਨ ਹਾਏ ਜ਼ਰੂਰ ਕਰਨੀ ਅਗਲੇ ਮਿਸਰਿਆਂ ਤੋਂ ਤੇ ਮੈਂ ਪਿਆਂ ਦਾ ਕਾਸਿਮ ਦਿਲਾ ਸ਼ੁਕੂਨ ਇੰਜ ਚਾਇਆ ਤੇ ਜਿਵੇਂ ਕਾਰੀ ਚਾਏ ਕੁਰਾਨੇ ਹਾਏ ਅਕਬਰ ਕੋ ਚੈਂਦਾ ਹਾਏ ਢੇਰ ਲੱਗ ਗਈ ਪਿਓ ਬੁੜੜਾ ਪੁੱਤਾ ਰਿਜਵਾਨ ਮਾਂ ਹੁਸੈਨ ਦੇ ਤੁਹਾਡੇ ਹਾਏ ਕਬੂਲ ਫਰਮਾਏ ਚੱਲ ਆਪਣੇ ਕਿਸੇ ਗਮ ਚ ਹੈ ਕਰੀ ਤੇ ਤਫੀਕ ਨਾ ਤਾਂ ਫਰਮਾਏ ਅਲਾ ਹਲਾਨਤੁਲਾਹ ਇਲਾਕੁਮ ਸਾਲਿਹ ਦਰੋਦ ਪਾਕ ਪੜ੍ਹੇ ਲਾਹੁਮਾ ਸਲਿ ਅਲਾ ਮੁਹੰਮਦ ਵਾਲ ਮੁਹੰਮਦ ਵਾਜਿਲ ਫਰਜ ਵਾਲ ਮੁਹੰਮਦ।